ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਦੇ ਉੱਪਰ ਪੰਜਾਬ ਦਿਨ ਭਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਵਿਸਥਾਰ ਨਾਲ ਗੱਲਬਾਤ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਬਾਰੇ। ਸ਼ੁਰੂਆਤ ਕਰਦੇ ਹਾਂ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਤਿਹਾੜ ਜੇਲ੍ਹ ਦੇ ਵਿੱਚ ਕੀਤੀ ਗਈ ਮੁਲਾਕਾਤ। ਜੀ ਹਾਂ, ਅੱਜ ਕੜੀ ਸੁਰੱਖਿਆ ਦੇ ਵਿੱਚ ਜਿਹੜਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ। ਜਿਸ ਤੋਂ ਬਾਅਦ ਮੀਡੀਆ ਦੇ ਮੁਖਾਤਬ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਇਹ ਲੋਕਤੰਤਰ ਦਾ ਘਾਣ ਹੋ ਰਿਹਾ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦਾ ਜਿਹੜਾ ਗੈਰ ਸੰਵਿਧਾਨਕ ਰਵੱਈਆ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਵਰਤਿਆ ਜਾ ਰਿਹਾ, ਉਸ ਦੀ ਮੁੱਢ ਤੋਂ ਨਿਖੇਧੀ ਕਰਦੇ ਨੇ। ਹੋਰ ਇਸ ਮੌਕੇ ਦੇ ਉੱਪਰ ਭਗਵੰਤ ਮਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ, ਸੁਣਦੇ ਹਾਂ ਉਹਨਾਂ ਦੀ ਜਵਾਬ। ਬਹੁਤ ਦੁੱਖ ਹੋਇਆ ਦਿਲ ਕੋ ਕਿ ਮਤਲਬ ਜੋ ਹਾਰਡ ਕੋਰ ਕ੍ਰਿਮੀਨਲ ਹੋਤੇ ਹੈ, ਜੋ ਅਪਰਾਧੀ ਹੋਤੇ ਹੈ, ਉਨਕੇ ਵਾਲੀ ਸਹੂਲਤੇ ਵੀ ਨਹੀਂ ਮਿਲ ਰਹੀ। ਮਤਲਬ ਕਿਆ ਕਸੂਰ ਕਿਆ, ਮਤਲਬ ਅਰਵਿੰਦ ਕੇਜਰੀਵਾਲ ਦਾ ਕਸੂਰ ਕਿਆ ਹੈ? ਮਤਲਬ ਉਸਨੇ ਹਸਪਤਾਲ ਬਣਾ ਦੀ ਹੈ, ਯਹੀ ਕਸੂਰ ਹੈ। ਉਸਨੇ ਮੁਹੱਲਾ ਕਲੀਨਿਕ ਬਣਾ ਦੀ ਹੈ, ਯਹੀ ਕਸੂਰ ਹੈ। ਉਸਨੇ ਬਿਜਲੀ ਫ੍ਰੀ ਕਰ ਦੀ, ਯਹੀ ਕਸੂਰ ਹੈ। ਉਸਨੇ ਸਕੂਲ ਬਣਾ ਦੀ, ਯਹੀ ਕਸੂਰ ਹੈ। ਤੋ ਆਪ ਉਨਕੋ ਐਸੇ ਟ੍ਰੀਟ ਕਰ ਰਹੇ ਹੋ ਜੈਸੇ ਬਹੁਤ ਦੇਸ਼ ਕਾ ਬਹੁਤ ਬੜਾ ਆਤੰਕਵਾਦੀ ਪਕੜ ਲਿਆ ਹੋ। ਮਤਲਬ ਜੇਲ੍ਹ ਕੇ ਮੈਨੂਅਲ ਕੋ ਦੇਖਿਆ, ਜੇਲ੍ਹ ਕਾ ਮੈਨੂਅਲ ਦੇਖਿਆ, ਇਸਮੇ ਯੇ ਲਿਖਾ ਹੁਆ ਹੈ 602 ਕਲੌਜ਼ ਹੈ, ਇਸਮੇ ਲਿਖਾ ਹੁਆ ਹੈ ਹਾਵਰ ਦ ਸੁਪਰਡੈਂਟ ਆਫ ਦ ਪ੍ਰਿਜ਼ਨ ਮੇ ਅਲਾਓ ਵੈਲ ਬਿਹੇਵਡ ਪ੍ਰਿਜ਼ਨਰਸ ਟੂ ਹੈਵ ਫੇਸ ਟੂ ਫੇਸ ਇੰਟਰਵਿਊ ਆਫਟਰ ਗਿਵਿੰਗ ਡਿਊ ਕੰਸਿਡਰੇਸ਼ਨ ਟੂ ਸਿਕਿਉਰਿਟੀ ਐਂਡ ਅਦਰ ਰਿਲੇਟਡ ਆਸਪੈਕਟਸ। ਮਤਲਬ ਇਸਸੇ ਪਹਿਲੇ ਚਿਦੰਬਰਮ ਸਾਹਿਬ ਜਬ ਅੰਦਰ ਥੇ ਤੋ ਸੋਨੀਆ ਗਾਂਧੀ ਮਿਲਨੇ ਆਤੀ ਤੋ ਉਨਕੋ ਵਨ ਟੂ ਵਨ ਇੱਕ ਕਮਰੇ ਮੇ ਬਿਠਾ ਕੇ ਵੋ ਮੁਲਾਕਾਤ ਕਰਾਤੇ ਥੇ। ਆਜ ਸ਼ੀਸ਼ੇ ਕੇ ਪਾਰ ਜੈਸੇ ਬਹੁਤ ਬੜਾ ਕੋਈ ਹਾਰਡਕੋਰ ਕ੍ਰਿਮੀਨਲ ਜੋ ਹੈ ਵੋ ਬੈਠਾ ਹੋ ਸਾਹਮਣੇ ਸ਼ੀਸ਼ੇ ਕੇ ਪਾਰ ਫੋਨ ਪੇ ਬਾਤ ਕਰਵਾਈ। ਮਤਲਬ ਹੱਦ ਹੈਰਾਨੀ ਕੀ, ਮੋਦੀ ਜੀ ਚਾਹਤੇ ਕਿਆ ਹੈ? ਮਤਲਬ ਐਸੇ ਯੇ ਟ੍ਰੀਟਮੈਂਟ ਮਿਲੇਗੀ ਕਿਆ? ਆਮਨੇ ਸਾਹਮਣੇ ਨਹੀਂ, ਸ਼ੀਸ਼ਾ ਲਗਾ ਹੁਆ ਥਾ, ਫੋਨ ਪੇ ਉਧਰ ਸੇ ਫੋਨ ਪੇ ਬਾਤ ਕਰ ਰਹੇ ਥੇ, ਔਰ ਸ਼ੀਸ਼ਾ ਵੀ ਐਸਾ ਗੰਦਾ ਸ਼ੀਸ਼ਾ ਕਿ ਸ਼ਕਲ ਵੀ ਅੱਛੀ ਤਰ੍ਹਾਂ ਇੱਕ ਦੂਸਰੇ ਕੀ ਨਜ਼ਰ ਨਹੀਂ ਆ ਰਹੀ। ਲੇਕਿਨ ਯੇ ਜੋ ਚੀਜ਼ ਹੈ ਯੇ ਬਹੁਤ ਹੀ ਇਨਕੋ ਮਹਿੰਗੀ ਪੜੇਗੀ, ਕਿਉਂਕਿ ਅਰਵਿੰਦ ਕੇਜਰੀਵਾਲ ਜੋ ਕੱਟੜ ਇਮਾਨਦਾਰ ਹੈ, ਜਿਸਨੇ ਪਾਰਦਰਸ਼ਤਾ ਕੀ ਰਾਜਨੀਤੀ ਸ਼ੁਰੂ ਕੀ, ਬੀਜੇਪੀ ਕੀ ਰਾਜਨੀਤੀ ਖਤਮ ਕੀ, ਉਨਕੋ ਐਸੇ ਟ੍ਰੀਟ ਕੀਆ ਜਾ ਰਹਾ ਹੈ। ਆਜ ਮੁਝੇ ਥੋੜਾ ਟਾਈਮ ਲਗਾ ਆਪਣੇ ਆਪ ਕੋ ਸੰਭਾਲਨੇ ਮੇਂ। ਪੁੱਛਾ ਮੈਨੇ ਅਰਵਿੰਦ ਜੀ ਸੇ ਪੁੱਛਾ ਕਿ ਆਪ ਕੈਸੇ ਹੋ, ਉਹਨੇ ਕਿਹਾ ਚਲੋ ਮੇਰੀ ਚਿੰਤਾ ਮਤ ਕਰੋ, ਯੇ ਬਤਾਓ ਪੰਜਾਬ ਕਾ ਹਾਲ ਕੈਸਾ ਹੈ, ਪੰਜਾਬ ਮੇਂ ਸਕੂਲ ਬਣ ਰਹੇ ਅੱਛੇ, ਪੰਜਾਬ ਮੇਂ ਜੋ ਗੇਹੂੰ ਕੀ ਫਸਲ ਕੋ ਮੰਡੀਓ ਮੇਂ ਉਠਾਨੇ ਕਾ ਪ੍ਰਬੰਧ ਹੋ ਗਏ ਅੱਛੇ, ਪੰਜਾਬ ਮੇਂ ਜੋ ਆਮ ਆਦਮੀ ਕਲੀਨਿਕ ਅੱਛੇ ਚੱਲ ਰਹੇ ਹੈ, ਪੰਜਾਬ ਮੇਂ ਬਿਜਲੀ ਫ੍ਰੀ ਮਿਲ ਰਹੀ ਹੈ, ਕਿਉਂਕਿ ਹਮ ਲੋਕ ਤੋਂ ਕਾਮ ਕੀ ਰਾਜਨੀਤੀ ਕਰਤੇ, ਹਮ ਨਾਮ ਕੀ ਰਾਜਨੀਤੀ ਨਹੀਂ ਕਰਤੇ। ਸਭ ਇੱਕ ਸਵਾਲ, ਮੈਨੇ ਕਹਾ ਜੀ ਬਿਲਕੁਲ ਪੰਜਾਬ ਵੀ ਅੱਛਾ ਹੈ, ਅਸਾਮ ਮੇਂ ਜਾ ਕੇ ਆਇਆ ਹੂੰ, ਗੁਜਰਾਤ ਜਾ ਰਹਾ ਹੂੰ, ਕੱਲ ਦਿੱਲੀ ਮੇਂ ਵੀ ਪ੍ਰਚਾਰ ਕਰੂੰਗਾ, ਕੁਰੂਕਸ਼ੇਤਰ ਗਿਆ ਹੂੰ। ਤੋ ਆਮ ਆਦਮੀ ਪਾਰਟੀ ਜੋ ਹੈ ਇੱਕ ਸੋਚ ਕਾ ਨਾਮ ਹੈ, ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਕੋ ਤੋ ਗ੍ਰਿਫਤਾਰ ਕਰ ਲੋਗੇ, ਸੋਚ ਕੋ ਕੈਸੇ ਕਰੋਗੇ? ਇਸਕੀ ਇਲੈਕਸ਼ਨ ਸੇ ਰਿਲੇਟਡ ਆਮ ਲੋਗੋ ਕੇ ਲਿਏ ਕਿਆ ਸੰਦੇਸ਼ ਹੈ? ਆਮ ਲੋਗੋ ਕੇ ਲਿਏ ਕਿਆ ਸੰਦੇਸ਼ ਹੈ? ਕਨਿਆ ਕੁਮਾਰ ਕੇ ਲਿਏ ਵੋ ਖੁਦ ਦਿੱਲੀ ਸੇ ਇਲੈਕਸ਼ਨ ਲੜ ਰਹੇ ਹੈ। ਤੋ ਇਹ ਤੋ ਇੰਡੀਆ ਗਠਬੰਧਨ ਕਾ ਆਪਣਾ ਫੈਸਲਾ ਹੈ। ਇੱਕ ਸਵਾਲ ਹੈ ਮਾਨ ਸਾਹਿਬ, ਇੱਕ ਸਵਾਲ ਹੈ ਕਿ ਕੇਜਰੀਵਾਲ ਕੇ ਜੇਲ੍ਹ ਮੇਂ ਆਨੇ ਕੇ ਬਾਅਦ ਪਾਰਟੀ ਮੇਂ ਭਗਦੜ ਮਚ ਚੁਕੀ ਹੈ, ਪਾਰਟੀ ਕੌਣ ਕਰਤਾ ਹੈ ਭਗਦੜ? ਮਾਨ ਸਾਹਿਬ, ਆਮ ਆਦਮੀ ਪਾਰਟੀ ਇੱਕ ਡਿਸਿਪਲਿਨ ਗਰੁੱਪ ਹੈ, ਆਮ ਆਦਮੀ ਪਾਰਟੀ ਇੱਕ ਬਹੁਤ ਹੀ ਮਤਲਬ ਡਿਸਿਪਲਿਨ ਮੇਂ ਰਹਿਣੇ ਵਾਲੀ ਜਮਾਤ ਹੈ, ਹਮਾਰੀ ਪੂਰੀ ਪਾਰਟੀ ਇੱਕ ਸਾਥ ਹੈ, ਚੱਟਾਨ ਕੀ ਤਰ੍ਹਾਂ ਹਮ ਅਰਵਿੰਦ ਕੇਜਰੀਵਾਲ ਕੇ ਸਾਥ ਖੜੇ ਹੈ, ਔਰ ਆਏਂਗੇ ਬਾਹਰ ਆਏਂਗੇ। ਔਰ 4 ਜੂਨ ਕੋ ਯੇ ਬਾਤ ਮੇਰੀ ਨੋਟ ਕਰ ਲੈਣਾ, ਸਕਰੀਨ ਰਿਕਾਰਡਿੰਗ ਕਰਕੇ ਰੱਖ ਲੈਣਾ, 4 ਜੂਨ ਕੋ ਜਬ ਦੇਸ਼ ਮੇਂ ਰਿਜ਼ਲਟ ਆਏਂਗੇ ਤੋ
आम आदमी पार्टी एक बहुत बड़ी पॉलिटिकल शक्ति है। मेरी चिंता छोड़ो, ये बताओ कि जनता कैसी है। उन्होंने पूछा कि क्या जनता को फ्री में जो बिजली मिल रही थी वो कंटिन्यू है, मिल रही है। उन्होंने पूछा कहीं बिजली कट तो नहीं, पावर कट लग तो नहीं रहे। उन्होंने पूछा कि अस्पतालों में जो दवाइयाँ मिल रही थी क्या वो दवाइयाँ अभी भी मिल रही है। उन्होंने पूछा कि बसों में जो यात्रा हो रही थी फ्री में महिलाओं को, क्या वो अभी भी कंटिन्यू है। उन्होंने सारी चीज़ें पूछी कि दिल्ली का हाल कैसा है, जनता कैसे है, और हमने एक एक चीज़ उनको बताया। उन्होंने ये भी कहा कि अगले हफ्ते से वो दो दो मंत्रियों को बुलाएंगे और दो दो मंत्रियों को बुलाकर दिल्ली के सारे कामों का रिव्यू करेंगे। उसके साथ साथ उन्होंने मुझे ये भी कहा कि मैं सभी विधायकों से मिलूं और सभी विधायकों से मिलकर उनको ये कहूं, उनका केजरीवाल साहब का ये मैसेज उनको दूं कि वो अब अपने गली गली में, घर घर में, अपने एरिया में जाके जनता से मिले। किसी को कोई तकलीफ नहीं होना चाहिए, किसी को कोई दुख नहीं होना चाहिए। आज तक जितनी सेवा करते आ रहे थे उससे 10 गुना ज़्यादा सेवा करना है। उन्होंने ये भी कहा कि वो जल्दी बाहर आएंगे और जब भी वो बाहर आए, जो 1,000 रुपये प्रति महीना सभी महिलाओं को देने का वो वादा और बजट पास जो उन्होंने किया है उसको वो पूरा करेंगे। मतलब पूरे समय वो सिर्फ यही पूछते रहे कि दिल्ली की जनता कैसी है, जनता कैसे है, जनता में क्या चल रहा है, सब सुखी तो है ना। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਸੀਟ ਦਿੱਤੀ ਗਈ, ਜਿਸ ਤੋਂ ਬਾਅਦ ਸ਼ੁਕਰਾਨੇ ਵਜੋਂ ਸਰਬੱਤ ਦੇ ਭਲੇ ਦੀ ਅਰਦਾਸ ਦੇ ਲਈ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਦਰਬਾਰ ਸਾਹਿਬ ਨਤਮਸਤ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਸੁਦਾਮਾ ਬਣ ਕੇ ਜਿਹੜਾ ਹੈ ਉਹ ਜਲੰਧਰ ਇਲਾਕੇ ਦੇ ਜਿਹੜੇ ਲੋਕਾਂ ਦੇ ਵਿੱਚ ਵਿਚਰਨਗੇ। ਇਸ ਮੌਕੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਉਹਨਾਂ ਦੀ। ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ਼ ਗੁਸਈਆਂ ਮੇਰਾ ਮਾਥੇ ਛਤਰ ਧਰੇ। ਮੈਂ ਸੇਵਕ ਬਣ ਕੇ ਜਲੰਧਰ ਔਰ ਦੁਆਬੇ ਵਿੱਚ ਮਾਲਕਾਂ ਕੋਲ ਜਾਣਾ, ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਅਤੇ ਕ੍ਰਿਸ਼ਨ ਨੇ ਨਵਾਜਿਆ, ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਵਿੱਚ ਜਲੰਧਰ ਜਾ ਰਿਹਾ ਅਤੇ ਮੈਂ ਜਲੰਧਰ ਨਿਵਾਸੀਆਂ ਨੂੰ, ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ, ਸ਼੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ, ਅਤੇ ਇਹੀ ਮੇਰੀ ਅਰਦਾਸ ਹੈ। ਇਹੀ ਅਰਦਾਸ ਮੈਂ ਅੱਜ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਮੈਨੂੰ ਬਲ ਦੇਵੇ ਵਾਹਿਗੁਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ, ਜੋ ਮੇਰੇ 'ਤੇ ਆਸਾਂ ਉਮੀਦਾਂ ਲੱਗੀਆਂ ਮੈਂ ਉਹਨਾਂ 'ਤੇ ਪੂਰਾ ਉਤਰ ਸਕਾਂ। ਜੋ ਚੌਧਰੀ ਪਰਿਵਾਰ ਵੱਲੋਂ ਇੱਕ ਵਿਰੋਧ ਵੀ ਤੁਹਾਡਾ ਜਾਰੀ ਕੀਤਾ ਜਾ ਰਿਹਾ, ਯਾਰ ਆਪਾਂ ਗੁਰਦੁਆਰਾ ਸਾਹਿਬ ਆਏ ਪਰ ਜੋ ਕੀਤਾ ਗਿਆ ਚੰਨੀ ਸਾਹਿਬ ਥੋੜਾ ਪੁਰਾਣੀਆਂ ਗੱਲਾਂ ਹੋ ਗਈਆਂ ਜਦੋਂ ਅੱਗੇ ਗੱਲ ਜਲੰਧਰ ਦੇ ਲਈ ਇੱਕ ਨਵਾਂ ਤਜਰਬਾ, ਹਾਲਾਂਕਿ ਪ੍ਰਗਟ ਸਿੰਘ ਜੀ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ, ਤਾਂ ਕੀ ਲੱਗਦਾ ਕਿ ਉੱਥੋਂ ਦੇ ਜਿਹੜੇ ਸਥਾਨਕ ਲੀਡਰ ਨੇ ਜਾਂ ਲੋਕ ਸਾਥ ਦੇਣਗੇ? ਦੇਖੋ, ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ। ਅੱਜ ਤੁਸੀਂ ਚਮਕੌਰ ਸਾਹਿਬ ਦੇਖੋ, ਜਿਹੜਾ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਚੰਨੀ ਕੰਟੀਨਿਊ ਰੱਖੋ
ਮੈਂ ਖਰੜ ਤੋਂ ਚਮਕੌਰ ਸਾਹਿਬ ਸੇਵਾ ਵਿੱਚ ਗਿਆ ਸੀ, ਲੋਕਾਂ ਨੇ ਮੈਨੂੰ ਆਜ਼ਾਦ ਜਿਤਾਇਆ ਸੀ ਉੱਥੇ, ਅਤੇ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ, ਜਿਹੜਾ ਕਿਸੇ ਸਮੇਂ ਪਿਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ, ਅੱਜ ਪੰਜਾਬ ਦਾ ਮੋਹਰੀ ਇਲਾਕਾ ਹੈ। ਉੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ, ਜਿਸ ਤਰ੍ਹਾਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ, ਅਸੀਂ ਚਮਕੌਰ ਇੱਥੇ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ, ਉਸੇ ਤਰਜ਼ 'ਤੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ। ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਬਣਿਆ, ਉਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਬਹੁਤ ਵੱਡੀ ਯਾਦਗਾਰ ਬਣੀ, ਇੱਕ ਅਜੂਬਾ ਉੱਥੇ ਅਸੀਂ ਬਣਾਇਆ, ਜਿਹਦਾ ਮੈਨੂੰ ਸੇਵਕ ਹੋਣ ਦਾ ਮੌਕਾ ਮਿਲਿਆ। ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਰਹੀ, ਚਾਹੇ ਉਹ ਖੇਤਾਂ ਨੂੰ ਜਾਂਦੀ ਹੈ, ਚਾਹੇ ਉਹ ਪਿੰਡ ਨੂੰ ਜਾਂਦੀ ਹੈ। ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ, ਚਮਕੌਰ ਸਾਹਿਬ ਦੇ ਵਿੱਚ ਕਾਲਜ ਬਣ ਰਹੇ ਹੈ। ਮੈਨੂੰ ਸ਼ੌਕ ਹੈ ਡਿਵੈਲਪਮੈਂਟ ਦਾ, ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ, ਅਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਗੋਦ ਲਓ, ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ। ਕਦੇ ਮੇਰੇ ਬਜ਼ੁਰਗ ਦੁਆਬੇ 'ਚ ਰਹਿੰਦੇ ਸੀ, ਮੇਰਾ ਗੋਤ, ਮੇਰੇ ਗੋਤ ਦੇ ਜਿਹੜੇ ਜਠੇਰੇ ਹੈ ਉਹ ਜਲੰਧਰ ਦੇ ਵਿੱਚ ਹੈ, ਜਲੰਧਰ 'ਚੋਂ ਮੇਰੇ ਜਲੰਧਰ ਏਰੀਏ 'ਚੋਂ ਮੇਰੇ ਬਜ਼ੁਰਗ ਉੱਠ ਕੇ ਗਏ ਹੋਏ ਹੈ। ਸੋ ਮੈਂ ਅੱਜ ਫਿਰ ਆਪਣੇ ਧਰਤੀ 'ਤੇ ਜਾ ਰਿਹਾ, ਮੈਨੂੰ ਉਹ ਧਰਤੀ ਨਵਾਜੇ, ਇਹੀ ਮੇਰੀ ਅਰਦਾਸ ਹੈ। ਪੰਜਾਬ ਕਾਂਗਰਸ ਨੇ 6 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅੰਮ੍ਰਿਤਸਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਇਸ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ, ਹਰੇਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਨੇ। ਕਾਂਗਰਸ ਵੱਲੋਂ ਵੀ ਅੱਜ ਪੰਜਾਬ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਵੱਲੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ, ਅਤੇ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਵਿਧਾਇਕ ਪਵਨ ਟੀਨੂ ਦਾ ਨਾਂ ਵੀ ਲਗਭਗ ਤੈਅ ਦੱਸਿਆ ਜਾ ਰਿਹਾ ਹੈ। ਬਸਪਾ ਨੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਮੈਦਾਨ 'ਚ ਉਤਾਰਿਆ ਹੈ, ਤੇ ਹੁਣ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਜਾਣ ਦੀ ਉਡੀਕ ਹੈ। ਚਰਨਜੀਤ ਸਿੰਘ ਚੰਨੀ ਪਿਛਲੇ 1.5 ਮਹੀਨੇ 'ਚ ਕਰੀਬ 7 ਵਾਰ ਜਲੰਧਰ ਆ ਚੁੱਕੇ ਨੇ। ਉਹਨਾਂ ਦੀ ਪਹਿਲੀ ਫੇਰੀ ਤੋਂ ਹੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਕਿ ਉਹ ਜਲੰਧਰ ਤੋਂ ਚੋਣ ਲੜਨਗੇ। ਪੰਜਾਬ ਕਾਂਗਰਸ ਨੇ 6 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਆ। ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ, ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ। ਗੱਲ ਕਰਦੇ ਹਾਂ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਦੇ ਉੱਪਰ ਕੱਲ੍ਹ ਕੀਤੀ ਗਈ ਫਾਇਰਿੰਗ ਦੇ ਮਾਮਲੇ, ਜਿਸ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਆਇਆ ਦੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਮਾਮਲੇ 'ਚ 3 ਗ੍ਰਿਫਤਾਰ। ਲਾਰੈਂਸ ਗੈਂਗ ਨੇ ਲਈ ਸੀ ਹਮਲੇ ਦੀ ਜ਼ਿੰਮੇਵਾਰੀ। ਘਟਨਾ ਤੋਂ ਬਾਅਦ ਸਲਮਾਨ ਦੇ ਘਰ ਦੀ ਵਧਾਈ ਸੁਰੱਖਿਆ।
ਬੀਤੇ ਕੱਲ ਸਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਕਰੇਗੀ। ਦਰਅਸਲ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਐਤਵਾਰ ਸ਼ਾਮ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਾਂਤਾ ਕਰੂਜ਼ ਤੋਂ ਬਕੋਲਾ ਇਲਾਕੇ ਤੋਂ 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਕ੍ਰਾਈਮ ਬ੍ਰਾਂਚ ਇਹਨਾਂ ਤਿੰਨਾਂ ਸ਼ੱਕੀਆਂ ਤੋਂ ਡੂੰਘਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਸਥਾਨਕ ਸਮਰਥਕ ਸਨ ਅਤੇ ਗੋਲੀਬਾਰੀ ਕਰਨ ਵਾਲਿਆਂ ਦੀ ਮਦਦ ਕੀਤੀ ਸੀ। ਸੂਤਰਾਂ ਮੁਤਾਬਕ ਸਲਮਾਨ ਖਾਨ ਦੇ ਘਰ ਦੀ ਰੇਕੀ ਸ਼ੂਟਰਾਂ ਅਤੇ ਹੋਰ ਸਾਥੀਆਂ ਨੇ ਕੀਤੀ ਸੀ, ਜਿਸ ਦੀ ਜਾਣਕਾਰੀ ਸ਼ੂਟਰਾਂ ਨੂੰ ਦਿੱਤੀ ਗਈ ਸੀ ਤਾਂ ਜੋ ਰੇਕੀ ਦੌਰਾਨ ਸ਼ੂਟਰ ਨਾ ਫੜੇ ਜਾਣ। ਇਸ ਤੋਂ ਬਾਅਦ ਬਿਉਂਤਬੰਦੀ ਮੁਤਾਬਕ ਸਵੇਰੇ ਕਰੀਬ 5 ਵਜੇ ਗੋਲੀਬਾਰੀ ਸ਼ੁਰੂ ਹੋਈ। ਹਮਲਾਵਰਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਬਾਈਕ ਤੋਂ 5 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ 2 ਗਲੈਕਸੀ ਅਪਾਰਟਮੈਂਟ ਦੀ ਕੰਧ 'ਤੇ ਲੱਗੀਆਂ ਅਤੇ ਬਾਕੀ 3 ਗੋਲੀਆਂ ਸੜਕ 'ਤੇ ਹੀ ਚਲਾਈਆਂ ਗਈਆਂ। ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀਆਂ ਨੇ ਬਾਂਦਰਾ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਸਵੇਰੇ 5:08 'ਤੇ ਬੋਰੀਵਲੀ ਜਾ ਰਹੀ ਲੋਕਲ ਟ੍ਰੇਨ ਫੜੀ। ਸ਼ਾਮ 5:13 'ਤੇ ਉਹ ਸੈਂਟਾ ਕਰੂਜ਼ ਸਟੇਸ਼ਨ 'ਤੇ ਪਲੇਟਫਾਰਮ ਨੰਬਰ 3 'ਤੇ ਉਤਰਿਆ। ਸ਼ਾਂਤਾ ਕਰੂਜ਼ ਸਟੇਸ਼ਨ ਤੋਂ ਉਹ ਪੂਰਬ ਵੱਲ ਬਕੋਲਾ ਵੱਲ ਨਿਕਲਿਆ ਅਤੇ ਉੱਥੋਂ ਆਟੋ ਫੜਿਆ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟਰ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਪੰਜਾਬੀ ਐਕਟਰ ਗੁਰਪ੍ਰੀਤ ਘੁੱਗੀ ਅਤੇ ਬੀਨੂ ਢਿੱਲੋਂ ਦੀ ਫੋਟੋ ਲਗਾ ਕੇ ਇਹ ਜ਼ਿਕਰ ਕੀਤਾ ਗਿਆ ਕਿ ਉਹ ਰਾਜਸਥਾਨ ਦੇ ਇੱਕ BJP ਦੇ ਲੀਡਰ ਦੇ ਲਈ ਪ੍ਰਚਾਰ ਕਰਨਗੇ। ਜਿਸ ਤੋਂ ਬਾਅਦ ਦੈਨਿਕ ਸਵੇਰਾ ਦੀ ਟੀਮ ਦੇ ਵੱਲੋਂ ਗੁਰਪ੍ਰੀਤ ਘੁੱਗੀ ਦੇ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਇਸ ਨੂੰ ਸਿਰਫ ਸ਼ਰਾਰਤੀ ਅਨਸਰਾਂ ਦਾ ਜਿਹੜਾ ਕਿਹਾ ਕਿ ਇਹ ਇੱਕ ਸ਼ਰਾਰਤ ਕੀਤੀ ਗਈ ਹੈ। ਉਹ ਅਜਿਹਾ ਕੁਝ ਵੀ ਨਹੀਂ ਕਰ ਰਹੇ, ਸਗੋਂ ਉਹ ਤਾਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੇ ਵਿੱਚ ਵਿਅਸਤ ਨੇ। ਹੋਰ ਕੀ ਕੁਝ ਕਿਹਾ ਗੁਰਪ੍ਰੀਤ ਘੁੱਗੀ ਨੇ ਅਤੇ ਬੀਨੂ ਢਿੱਲੋਂ ਨੇ ਉਹ ਵੀ ਸੁਣ ਲੈਂਦੇ ਹਾਂ। ਘੁੱਗੀ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਜੀ, ਸੋਸ਼ਲ ਮੀਡੀਆ ਤੇ ਸਵੇਰ ਤੋਂ ਹੀ ਇਹ ਖਬਰ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈ ਕਿ ਤੁਹਾਡੇ ਵੱਲੋਂ ਤੇ ਬੀਨੂ ਢਿੱਲੋਂ ਜੀ ਵੱਲੋਂ BJP ਪਾਰਟੀ ਦਾ ਪ੍ਰਚਾਰ ਕੀਤਾ ਜਾਏਗਾ, ਕਿੰਨੀ ਸੱਚਾਈ ਹੈ ਇਸ ਦੇ ਵਿੱਚ? ਤੁਹਾਨੂੰ ਸਵੇਰੇ ਪਤਾ ਲੱਗਾ ਜੀ, ਮੈਨੂੰ ਦੁਪਹਿਰੇ ਪਤਾ ਲੱਗਾ, ਕਿਉਂਕਿ ਮੇਰੀ ਅੱਜ ਕੱਲ ਇੱਕ ਬਹੁਤ ਵੱਡੀ ਫਿਲਮ ਚੱਲ ਰਹੀ ਹੈ ਪੰਜਾਬੀ ਇਤਿਹਾਸ ਤੇ, ਕੌਮਾਂ ਗਾਟਾ ਮਾਰੂ। ਮੇਰੀ ਰਾਤ ਸ਼ੂਟ ਚੱਲਦਾ ਜੀ, ਨਾਈਟ ਸ਼ੂਟ ਚੱਲਦੀ ਹੈ ਸਾਡੀ ਜੀ, ਤੇ ਮੈਂ ਸਵੇਰੇ ਆ ਕੇ ਸੌਂ ਜਾਂਦਾ ਹੁੰਦਾ ਜੀ। ਮੈਂ 2 ਵਜੇ ਉੱਠਣਾ ਹੁੰਦਾ DND ਤੇ ਫੋਨ ਲਾ ਕੇ ਸੁੱਤਾ ਹੁੰਦਾ ਮੈਂ ਜੀ। ਅੱਜ ਮੈਨੂੰ ਥੋੜਾ ਜਲਦੀ, ਫਿਰ 12:30 ਘਰਦਿਆਂ ਨੇ ਫੋਨ ਰਿਸੀਵ ਇਹਨੇ ਕਰ ਲਿਆ ਤੇ ਮੈਨੂੰ ਉਠਾ ਤਾ ਉਹਨਾਂ ਵੀ ਜਲਦੀ, ਤੁਹਾਨੂੰ ਜਲਦੀ ਉੱਠਣਾ ਪੈਣਾ ਜੀ, ਥੋੜੀ ਗੱਲ ਕਰੋ ਹਨਾ। ਤੇ ਮੈਨੂੰ ਤੁਹਾਨੂੰ ਮੇਰੇ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਜੀ, ਤੇ ਮੈਨੂੰ ਬਾਅਦ ਚ ਪਤਾ ਲੱਗਾ ਜੀ। ਤੇ ਮੇਰਾ ਇਹ ਹੈ ਕਿ ਮੈਂ ਰਾਤ ਸ਼ੂਟਿੰਗ ਕਰਕੇ ਆਇਆ, ਹੁਣ ਥੋੜੀ ਦੇਰ ਪਹਿਲਾਂ ਉੱਠਿਆ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ, ਜਦੋਂ ਆਪਣੀ ਪਹਿਲੋਂ ਗੱਲ ਬ੍ਰੇਕਫਾਸਟ ਹੋਣ ਕਰ ਰਿਹਾ ਸੀ ਆਪਣਾ, ਤੇ ਮੈਂ ਸ਼ਾਮੀ ਫੇਰ ਆਪਣੇ ਕੰਮ ਤੇ ਜਾਵਾਂਗਾ ਜੀ, ਜਿੱਥੇ ਮੈਂ ਫਿਲਮ ਬਣਾ ਰਿਹਾ ਜੀ। ਜੀ, ਮਤਲਬ ਇਹ ਫੇਕ ਨਿਊਜ਼ ਫੈਲਾਈ ਜਾ ਰਹੀ ਹੈ? ਬਿਲਕੁਲ ਬਿਲਕੁਲ ਜੀ, ਬਿਲਕੁਲ ਫੇਕ ਹੈ ਜੀ। ਜੀ, ਬੀਨੂ ਢਿੱਲੋਂ ਜੀ ਫੈਲਾਣ ਦੀ ਵੀ ਲੋੜ ਨਹੀਂ ਹੁੰਦੀ, ਜਦੋਂ ਇੱਕ ਵਾਰੀ ਕੁਝ ਪਾ ਦਿਓ ਇਦਾਂ ਦਾ ਫੈਲ ਆਪੇ ਹੀ ਜਾਂਦਾ ਹੁੰਦਾ ਜੀ। ਜੀ ਜੀ ਜੀ, ਸੋਸ਼ਲ ਮੀਡੀਆ ਤੇ ਜਿਹੜੀਆਂ ਇਦਾਂ ਦੀਆਂ ਪੋਸਟਾਂ ਨੇ ਨਾ, ਇਹ ਰਾਇਤਾ ਹੀ ਹੁੰਦਾ, ਆਪੇ ਫੈਲ ਜਾਂਦਾ, ਪਰ ਤੁਸੀਂ ਰਾਇਤਾ ਪਾਉਣਾ ਹੀ ਹੁੰਦਾ, ਫੈਲ ਆਪੇ ਜਾਂਦਾ ਜੀ। ਅੱਛਾ, ਬੀਨੂ ਢਿੱਲੋਂ ਜੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਵੀ? ਉਹ ਟਾਈਮ ਹੀ ਨਹੀਂ ਲੱਗਾ ਜੀ, ਮੈਂ ਜਦੋਂ ਦਾ ਉੱਠਿਆ ਮੈਂ ਬਸ ਇਦਾਂ ਹੀ ਗੱਲ ਕਰ ਰਿਹਾ ਜਰਨਲਿਸਟ ਵੀਰਾਂ ਭੈਣਾਂ ਨਾਲ ਹੀ, ਜਾਂ ਜਿਹੜੇ ਸੁਨੇਹੀ ਸਹਿਰਦ ਲੋਕ ਉਹਨਾਂ ਨਾਲ ਕਰ ਰਿਹਾ, ਅਜੇ ਵਕਤ ਨਹੀਂ ਲੱਗਾ, ਬਟ ਆਈ ਐਮ ਸ਼ੋਰ ਕਿ ਜੇ ਉਹਨਾਂ ਨੇ ਵੀ ਜਾਣਾ ਹੁੰਦਾ ਤੇ ਮੈਨੂੰ ਘੱਟੋ ਘੱਟ ਰਾਤ ਤੱਕ ਉਹਨਾਂ ਨਾਲ ਗੱਲ ਹੋ ਜਾਂਦੀ ਤੇ ਸਾਨੂੰ ਮੈਨੂੰ ਪੁੱਛਦੇ ਵੀ ਇੱਦਾਂ, ਪਰ ਸਾਡੀ ਆਪਸ ਚ ਇਸ ਕਰਕੇ ਕੋਈ ਗੱਲ ਨੀ ਹੋ ਸਕੀ ਕਿ ਇੱਦਾਂ ਦੀ ਕੋਈ ਗੱਲ ਹੈ ਨਹੀਂ ਸੀ ਜੀ। ਤੁਹਾਨੂੰ ਤੁਹਾਡੇ ਤੱਕ ਪਹੁੰਚ ਕੀਤੀ ਨੀ ਗਈ ਕਿ ਅਜਿਹਾ ਕੋਈ ਪੋਸਟਰ ਜਾਂ ਅਜਿਹੀ ਕੋਈ ਖਬਰ ਮੀਡੀਆ ਦੇ ਵਿੱਚ ਲਿਆਂਦੀ ਜਾਏਗੀ ਜਾਂ ਅਜਿਹਾ ਕੁਝ ਅਨਾਉਂਸ ਕੀਤਾ ਜਾਂਦਾ ਤੇ ਅਸੀਂ ਪਹਿਲਾਂ ਵੀ ਇਹਦਾ ਇਹਨੂੰ ਰੋਕ ਸਕਦੇ ਸੀ ਜਾਂ ਕੁਝ ਕਰ ਸਕਦੇ? ਅਚਾਨਕ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਹੈਰਾਨ ਅੱਜ ਕੱਲ ਹੋਇਆ ਕਰੋ, ਕੁਝ ਵੀ ਹੁੰਦਾ ਜੀ ਜੀ ਹਨਾ, ਇਹ ਤਾਂ ਬੜੀ ਅੱਜ ਕੱਲ ਨੋਮੀਨਲ ਜੀ ਗੱਲ ਹੈ ਕਿ ਨੋਰਮਲੀ ਇਹ ਚੀਜ਼ਾਂ ਅੱਜ ਕੱਲ ਲੋਕ ਬੱਚੇ ਨਵੇਂ ਨਵੇਂ ਯੰਗਸਟਰ ਆ ਗਏ ਨੇ, ਟੀਨੇਜਰ ਆ ਗਏ ਨੇ, ਸਾਰੇ ਆਪੋ ਆਪਣਾ ਰਾਂਝਾ ਰਾਜੀ ਕਰਦੇ ਨੇ ਜੀ ਜੀ।
ਕਦੀ ਤੁਹਾਡੇ ਤੱਕ ਅਪਰੋਚ ਕੀਤੀ ਗਈ ਹੈ ਕਿ ਤੁਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਿਲ ਹੋਵੋ? ਕਦੀ ਨਹੀਂ ਜੀ, ਰੋਜ਼ ਹੀ ਕਹਿ ਲਓ ਤੁਸੀਂ, ਹਨਾ। ਇਹ ਤਾਂ ਦੇਖੋ ਪੋਲੀਟੀਕਲ ਜਿੱਦਾਂ ਸਾਡਾ ਕੰਮ ਹੈ ਫਿਲਮ ਬਣਾਉਣਾ, ਸਾਨੂੰ ਪ੍ਰੋਡਿਊਸਰ ਡਾਇਰੈਕਟਰ ਵੀ ਤਾਂ ਅਪਰੋਚ ਕਰਦੇ ਨੇ ਜੀ ਆਹ ਫਿਲਮ ਬਣਾਉਣੀ ਹੈ। ਜੀ ਜੀ, ਮੈਨੂੰ ਜਿਹੜੀ ਚੰਗੀ ਲੱਗਦੀ ਮੈਂ ਕਰ ਲੈਣਾ, ਮੇਰੇ ਕਰਨ ਵਾਲੀ ਜਿਵੇਂ ਕਰ ਲੈਣਾ। ਜਿਹੜੇ ਜਿਹੜੇ ਪੋਲੀਟਿਕਸ ਦੇ ਵਿੱਚ ਵੀ ਰਾਜਨੀਤਿਕ ਪਾਰਟੀਆਂ ਨੂੰ ਸੰਗੀ ਸਾਥੀ ਚਾਹੀਦੇ ਹੁੰਦੇ ਨੇ, ਸਾਰੇ ਅਪਰੋਚ ਕਰਦੇ ਨੇ, ਉਹਨਾਂ ਦਾ ਹੱਕ ਵੀ ਬਣਦਾ, ਹਰ ਬੰਦਾ ਆਪਣੀ ਪਾਰਟੀ ਲਈ ਕੰਮ ਕਰਨਾ ਚਾਹੁੰਦਾ। ਬਿਲਕੁਲ, ਤੇ ਪਰ ਉਹ ਮੇਰਾ ਡਿਸੀਜਨ ਹੈ ਨਾ ਜੀ, ਮੈਂ ਉੱਧਰ ਜਾਣਾ ਕਿ ਨਹੀਂ ਕਿਸੇ ਪਾਸੇ। ਤੇ ਮੈਂ ਤਾਂ ਆਪਣੀ ਲਾਈਨ ਨੂੰ ਇੰਜੋਏ ਕਰ ਰਿਹਾ, ਮੈਂ ਫਿਲਮ ਇੰਡਸਟਰੀ ਨੂੰ, ਮੇਰੇ ਜਿਹੜੇ ਡ੍ਰੀਮ ਪ੍ਰੋਜੈਕਟਸ ਨੇ ਉਹ ਪੂਰੇ ਕਰਨ ਦਾ ਮੌਕਾ ਮਿਲ ਰਿਹਾ। ਮੈਂ ਸਤਿਗੁਰੂ ਦਾ ਧੰਨਵਾਦੀ ਹਾਂ ਕਿ ਮੈਂ ਮਸਤਾਨੇ ਵਰਗੀ ਫਿਲਮ ਅਸੀਂ ਕੀਤੀ, ਹੁਣੇ ਅਰਦਾਸ ਸਰਬੱਤ ਦੇ ਭਲੇ ਦੀ ਖਤਮ ਕੀਤੀ ਹੈ, ਤੇ ਹੁਣ ਮੈਂ ਕੰਮ ਕਰ ਰਿਹਾ ਕੌਮਾਂ ਗਾਟਾ ਮਾਰੂ ਨਾਂ ਦੀ ਫਿਲਮ ਤੇ। ਜੀ ਕੁਕੀ ਜੀ, ਇੱਕ ਆਖਰੀ ਸਵਾਲ ਤੁਹਾਨੂੰ ਹੋਏਗਾ, ਤੁਹਾਡੇ ਫੈਨਸ ਦੇ ਵਿੱਚ ਇੱਕ ਬਹੁਤ ਸ਼ੰਕਾ ਸੀਗੀ ਕਿ ਕਿਸਾਨੀ ਧਰਨੇ ਤੇ ਜਿਹੜੇ ਕਿਸਾਨਾਂ ਦੇ ਨਾਲ ਖੜਦੇ ਸੀਗੇ, ਕਿਸਾਨਾਂ ਦੇ ਹੱਕ ਦੇ ਲਈ ਹਮੇਸ਼ਾ ਆਵਾਜ਼ ਉਠਾਉਂਦੇ ਨਜ਼ਰ ਆਏ ਨੇ ਗੁਰਪ੍ਰੀਤ ਘੁੱਗੀ, ਤੇ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਸਿਆਸਤ ਦੇ ਵਿੱਚ ਪੈਰ ਧਰਨਗੇ? ਨਹੀਂ, ਸਿਆਸਤ ਕਿਸਾਨ ਥੋੜੀ ਕਹਿੰਦੇ ਸਿਆਸਤ ਚ ਨਾ ਆਓ, ਪਰ ਮੇਰਾ ਹੀ ਮਨ ਨੀ ਅਜੇ ਹੈਗਾ, ਅਜੇ ਕੋਈ ਟਾਈਮ ਨੀ, ਨਾ ਮਨ ਹੈ ਨਾ ਕਿਸੇ ਪਾਸੇ ਜਾਣਾ ਜੀ ਅਜੇ। ਤੇ ਜਿਹੜੀ ਕਿਸਾਨਾਂ ਦੇ ਖੜਦੇ ਦੀ ਗੱਲ ਸੀਗੇ ਨੀ ਜੀ, ਅੱਜ ਵੀ ਉੱਥੇ ਹੀ ਖੜੇ ਆ, ਉਸੇ ਧੜੱਲੇ ਨਾਲ ਖੜੇ ਆ, ਉਸੇ ਤਾਕਤ ਦੇ ਨਾਲ ਖੜੇ ਆ, ਕਿਉਂਕਿ ਉਹ ਅਸੀਂ ਆ ਸਾਡਾ ਮੂਲ ਕਿਸਾਨੀ ਆ, ਤੇ ਆਪਣੇ ਘਰੋਂ ਬਾਗੀ ਹੋ ਕੇ ਘਰੋਂ ਭੱਜ ਕੇ ਜਿੰਨਾ ਮਰਜ਼ੀ ਕਾਮਯਾਬ ਹੋ ਜਾਓ ਉਹਦਾ ਕੋਈ ਫਾਇਦਾ ਨੀ ਹੁੰਦਾ ਜੀ। ਸੋ ਆਪਣੇ ਪਰਿਵਾਰ ਦੇ ਨਾਲ ਖੜੇ ਆ, ਕੋਈ ਏਦਾਂ ਸੋਚਣ ਵਾਲੀ ਗੱਲ ਹੀ ਨਹੀਂ ਜੀ। ਜੀ, ਫੈਨਸ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਇਸ ਸ਼ੰਕਾ ਦੇ ਵਿੱਚ? ਕਹਿਣਾ ਚਾਹਾਂਗਾ ਜੀ ਕਿ ਸੋਸ਼ਲ ਮੀਡੀਆ ਨੂੰ ਇੰਨਾ ਸੀਰੀਅਸਲੀ ਨਾ ਲਿਆ ਕਰੋ ਜੀ, ਨਾ ਆਪਣਾ ਬੀਪੀ ਵਧਾਇਆ ਘਟਾਇਆ ਕਰੋ, ਤੇ ਨਾ ਅਗਲੇ ਦਾ ਆਨੰਦ ਲਿਆ ਕਰੋ, ਹਨਾ ਜੀ। ਜੀ, ਤੇ ਵਿਸ਼ਵਾਸ ਰੱਖੀਦਾ ਹੁੰਦਾ ਆਪਣੇ ਜੀਆਂ ਤੇ ਆਪਣੇ ਲੋਕਾਂ ਤੇ, ਇਹੀ ਕਹਾਂਗਾ ਜੀ ਮੈਂ। ਤੇ ਮੈਨੂੰ ਬਸ ਦੁਆਵਾਂ ਦਿਓ ਜੀ, ਸਾਡੀ ਜਿਹੜੀ ਹੁਣੇ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਕੀਤੀ ਆ, ਉਹ ਕਾਮਯਾਬ ਹੋਵੇ, ਤੇ ਜਿਹੜੀ ਸ਼ੂਟਿੰਗ ਅਸੀਂ ਹੁਣ ਕਰ ਰਹੇ ਹਾਂ ਕਮਾ ਗਾਟਾ ਮਾਰੂ, ਉਹਦੇ ਲਈ ਵੀ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਕਿ ਅਸੀਂ ਇੱਕ ਹਿਸਟਰੀ ਬਣਾ ਸਕੀਏ ਪੰਜਾਬੀ ਫਿਲਮ ਦੇ ਵਿੱਚ, ਇਸ ਫਿਲਮ ਦੇ ਨਾਲ ਕਮਾ ਗਾਟਾ ਮਾਰੂ। ਬਿਲਕੁਲ, ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋਸ਼ਲ ਮੀਡੀਆ ਤੇ ਅੱਜ ਸਵੇਰ ਤੋਂ ਹੀ ਇੱਕ ਪੋਸਟਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬੀਜੇਪੀ ਦੀ ਰੈਲੀ ਦੱਸੀ ਜਾ ਰਹੀ ਹੈ ਔਰ ਬੀਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਹੋਰਾਂ ਦੀ ਫੋਟੋ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਅੱਜ 15 ਅਪ੍ਰੈਲ ਨੂੰ ਸ਼ਾਮ 4 ਵਜੇ ਬੀਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਪ੍ਰਚਾਰ ਕਰਨਗੇ ਇਸ ਰੈਲੀ ਦੇ ਵਿੱਚ ਆ ਕੇ ਔਰ ਇਹ ਰੈਲੀ ਜਿਹੜੀ ਆ ਅਨੂਪਗੜ੍ਹ ਵਿੱਚ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਸਾਡੀ ਗੱਲ ਬੀਨੂ ਢਿੱਲੋਂ ਹੋਰਾਂ ਨਾਲ ਹੋਈ ਤਾਂ ਉਹਨਾਂ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਬੀਨੂ ਢਿੱਲੋਂ ਦਾ ਕਹਿਣਾ ਹੈ ਕਿ ਇਹ ਪੋਸਟਰ ਫੇਕ ਹੈ, ਉਹਨਾਂ ਦੀ ਫੋਟੋ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ, ਉਹਨਾਂ ਦੀ ਫੋਟੋ ਬਿਨਾਂ ਪਰਮਿਸ਼ਨ ਤੇ ਯੂਜ਼ ਕੀਤੀ ਗਈ ਹੈ ਔਰ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉਹ ਇਸ ਰੈਲੀ ਦਾ ਹਿੱਸਾ ਨਹੀਂ ਬਣਨ ਵਾਲੇ ਨੇ, ਉਹ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਨਹੀਂ ਜਾ ਰਹੇ ਨੇ। ਇਹ ਇੱਕ ਇਹ ਸਰਾਸਰ ਫੇਕ ਪੋਸਟਰ ਹੈ ਜਿਹੜਾ ਕਿ ਵਾਇਰਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ 'ਤੇ, ਇਹ ਕਿਸੇ ਨੇ ਸ਼ਰਾਰਤ ਕੀਤੀ ਹੈ, ਸ਼ਰਾਰਤ ਵਜੋਂ ਇਸ ਪੋਸਟਰ ਨੂੰ ਵਾਇਰਲ ਕੀਤਾ ਗਿਆ ਔਰ ਗੁਰਪ੍ਰੀਤ ਘੁੱਗੀ ਅਤੇ ਬੀਨੂ ਢਿੱਲੋਂ ਦਾ ਨਾਮ ਜਿਹੜਾ ਉਹ ਯੂਜ਼ ਕੀਤਾ ਗਿਆ।
ਦੱਸ ਦਈਏ ਕਿ ਬੀਨੂ ਢਿੱਲੋਂ ਹੋਰਾਂ ਨੇ ਇਹ ਵੀ ਕਿਹਾ ਕਿ ਉਹ ਕਰਮਜੀਤ ਅਨਮੋਲ ਦਾ ਸਪੋਰਟ ਕਰ ਰਹੇ ਨੇ। ਕਰਮਜੀਤ ਅਨਮੋਲ ਜੋ ਕਿ ਇੱਕ ਪੰਜਾਬੀ ਅਦਾਕਾਰ ਨੇ ਜਿਨ੍ਹਾਂ ਨੂੰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਔਰ ਉੱਥੋਂ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਬੀਨੂ ਢਿੱਲੋਂ ਹੋਰਾਂ ਦਾ ਕਹਿਣਾ ਹੈ ਕਿ ਉਹ ਕਰਮਜੀਤ ਅਨਮੋਲ ਦੀ ਸਪੋਰਟ ਦੇ ਵਿੱਚ ਲੱਗੇ ਹੋਏ ਨੇ ਅਤੇ ਉਹ ਬੀਜੇਪੀ ਦੀ ਰੈਲੀ ਦਾ ਸਮਰਥਨ ਕਰਨ ਕਿਉਂ ਜਾਣਗੇ। ਇਸ ਲਈ ਇਹ ਫੇਕ ਪੋਸਟਰ ਹੈ ਔਰ ਇਹ ਅਫਵਾਹਾਂ 'ਤੇ ਧਿਆਨ ਨਾ ਦਿੱਤਾ ਜਾਵੇ। ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਹੈ ਜਿਸ ਨਾਲ ਬੀਨੂ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਦਾ ਜਿਹੜਾ ਨਾਮ ਹੈ ਉਹ ਯੂਜ਼ ਕੀਤਾ ਗਿਆ। ਉਧਰ ਨਵਾਂਸ਼ਹਿਰ ਦੇ ਵਿੱਚ ਇੱਕ ਸੂਸਾਈਡ ਦੀ ਖਬਰ ਸਾਹਮਣੇ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਮਹੀਨਾ ਪਹਿਲਾਂ ਹੀ ਲੜਕੀ ਦਾ ਵਿਆਹ ਹੋਇਆ ਸੀ ਜਿਸ ਦੇ ਵੱਲੋਂ ਖੁਦਕੁਸ਼ੀ ਕਰਕੇ ਮੌਤ ਨੂੰ ਗਲੇ ਲਗਾ ਲਿਆ ਗਿਆ ਔਰ ਸਹੁਰਾ ਪਰਿਵਾਰ ਦੇ ਉੱਪਰ ਕਈ ਗੰਭੀਰ ਇਲਜ਼ਾਮ ਵੀ ਹੁਣ ਲਗਾਏ ਜਾ ਰਹੇ ਨੇ। ਕੀ ਹੈ ਪੂਰਾ ਮਾਮਲਾ, ਆਖਿਰ ਕੀ ਬਣੀ ਉਸਦੀ ਮੌਤ ਦੀ ਵਜ੍ਹਾ, ਦੇਖਦੇ ਹਾਂ ਇਸ ਰਿਪੋਰਟ ਦੇ ਰਾਹੀਂ। ਮੈਂ ਗਈ ਹਾਂ, ਇਹਦੀ ਸੱਸ ਕੋਲੇ 'ਤੇ ਬੈਠੀ ਹੋਈ ਸੀ, ਕੁੜੀ ਸਾਡੀ ਮਰੀ ਹੋਈ ਲੰਮੀ ਬੈੱਡ 'ਤੇ ਪਾਈ ਹੋਈ ਸੀ ਅਤੇ ਸਾਰੇ ਗਲੇ ਮਹੱਲੇ ਵਾਲੇ ਇਕੱਠੇ ਕੀਤੇ ਹੋਏ ਸੀ। ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰ ਪਹੁੰਚੇ ਹਾਂ, ਜਦੋਂ ਸਵੇਰ ਤੋਂ ਮੈਨੂੰ ਫੋਨ ਆ ਰਿਹਾ ਸੀ, ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ, ਉਸ ਟਾਈਮ ਹੈ ਨਹੀਂ ਸੀ, ਇਕੱਲੀ ਸੀ। ਕਹਿੰਦੀ ਫੋਨ ਕਰਦੇ ਕਰਦੇ ਕਹਿੰਦੀ ਦੀਦੀ ਗੇਟ ਖੜਕਿਆ, ਕਹਿੰਦੀ ਮੇਰੇ ਦੇਰ 'ਤੇ ਦਰਾਣੀ ਆਏ ਆ ਬਾਹਰ। ਜਦੋਂ ਇਹਦੇ ਦੇਰ 'ਤੇ ਦਰਾਣੀ ਆਏ, ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਕਾਲ ਕੀਤੀ, ਮੈਂ ਕਿਹਾ ਚੱਲ ਕੋਈ ਨਹੀਂ ਤੂੰ ਗ੍ਰਿਲ ਖੋਲ, ਮੈਂ ਦੁਬਾਰਾ ਕਾਲ ਕਰਦੀ ਹਾਂ। ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ, ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ, ਪਰ ਇਹਨੇ ਫੋਨ ਨਹੀਂ ਚੱਕਿਆ। 40 ਮਿਸ ਕਾਲ ਗਈਆਂ ਇਹਦੇ ਫੋਨ ਦੇ ਉੱਤੇ ਮੇਰੀਆਂ, ਇਹਨੇ ਫੋਨ ਨਹੀਂ ਚੱਕਿਆ। ਜਦੋਂ ਅਸੀਂ ਇਹਨੇ ਫੋਨ ਨਹੀਂ ਚੱਕਿਆ, ਅਸੀਂ ਡਰਦੇ ਮਾਰੇ ਅਸੀਂ ਘਰੋਂ ਉਸੇ ਜਿੱਦਾਂ ਦੀ ਹਾਲਤ ਦੇ ਵਿੱਚ ਸਿੱਧੇ ਉਸੇ ਹਾਲਤ 'ਚ ਅਸੀਂ ਘਰੋਂ ਤੁਰ ਪਏ। ਜਦੋਂ ਦੇਖਿਆ ਤਾਂ ਬਸ ਇਹਦੀ ਲਾਸ਼ ਪਈ ਸੀ ਉੱਥੇ ਬੈੱਡ 'ਤੇ। ਜੀ ਸਰ, ਇੱਕ ਕੱਲ੍ਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਲੋਹ ਕਲੋਨੀਆਂ 'ਚੋਂ ਕੋਈ ਲੇਡੀ ਨੇ ਫਾਹਾ ਲੈ ਲਿਆ, ਅਤੇ ਮੈਂ ਸਮੇਤ ਡਿਊਟੀ ਅਫਸਰ ਮੌਕੇ 'ਤੇ ਰਾਤ ਪਹੁੰਚੇ ਸੀਗੇ। ਉਸ ਤੋਂ ਪਹਿਲਾਂ ਮਤਲਬ ਡੈੱਡ ਬੋਡੀ ਉਹਨਾਂ ਨੇ ਲਾ ਲਈ ਸੀ, ਪੱਕੇ ਨਾਲ ਫਾਹਾ ਲਿਆ ਲਗਾ, ਅਤੇ ਰਾਤ ਨੂੰ ਅਸੀਂ ਉਹਦੇ ਘਰ ਦੇ ਵੀ ਆ ਗਏ ਸੀ, ਲੜਕੀ ਦੇ ਮਾਂ ਪਿਓ ਅਤੇ ਉਹਦੀ ਸੱਸ ਵੀ ਉੱਥੇ ਸੀਗੀ, ਅਤੇ ਬਾਕੀ ਜਿਹੜੇ ਉੱਥੇ ਪਿੰਡ ਦੇ ਮੁਹਤਮਰ ਬੰਦੇ ਸੀਗੇ ਉਹ ਵੀ ਹਾਜ਼ਰ ਸੀਗੇ। ਅਤੇ ਮੌਕੇ ਤੋਂ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਤੱਕ ਰਖਾਤੀ ਹੈ ਮੋਰਚਰੀ ਦੇ ਵਿੱਚ। ਬਾਕੀ ਉਹਨਾਂ ਦੇ ਘਰ ਦੇ ਆ ਰਹੇ ਨੇ, ਜੋ ਉਹ ਬਿਆਨ ਲਗਾਉਣਗੇ ਉਹਦੇ ਮੁਤਾਬਕ ਕਰ ਦਿਓ। ਸਰ, ਪਤਾ ਲੱਗਿਆ ਲੜਕੀ ਜਿਹੜੀ ਮੈਰਿਜ ਹੋਈ ਨੂੰ ਵੀ ਮਹੀਨਾ ਡੇਢ ਮਹੀਨਾ ਹੀ ਹੋਇਆ ਜੀ? ਹਾਂਜੀ, ਮਹੀਨਾ ਕੁ ਹੋਇਆ ਸੀਗਾ ਉਹਦੀ ਮੈਰਿਜ ਹੋਈ ਨੂੰ। ਠੀਕ ਹੈ, ਹਾਂਜੀ। ਕੋਈ ਤੱਥ ਸਾਹਮਣੇ ਹੋਰ ਆਏ ਆ ਵੀ ਕੋਈ ਉਹਨਾਂ ਦੇ ਪਰਿਵਾਰ ਵੱਲੋਂ ਇੱਦਾਂ ਦੀ ਗੱਲ ਹੋਈ ਜਾਂ ਲੜਕੀ ਆਪ ਹੀ ਇਹਨੇ ਸੁਸਾਈਡ ਕੀਤਾ? ਪਹਿਲੀ ਨਜ਼ਰ ਇਹਦਾ ਸੁਸਾਈਡ ਉਹਨੇ ਆਪ ਕੀਤਾ ਲੱਗਦਾ, ਅਤੇ ਬਾਕੀ ਜੋ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਦੇ ਵਿੱਚ ਆਊਗਾ ਅਤੇ ਉਹਦੇ ਮੁਤਾਬਕ ਕਾਰਵਾਈ ਕਰਦਾ। ਕਿੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੀ ਜਿਹੜੀ ਕੋਈ ਪ੍ਰੋਬਲਮ ਸੀਗੀ ਉਹਨੂੰ? ਨਹੀਂ, ਉਹ ਸਮਝ ਗਿਆ ਵੀ ਕੋਈ ਇਹਦੀ ਕੋਈ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਲੁਧਿਆਣੇ, ਉਹ ਬਾਕੀ ਹਜੇ ਸਾਡੇ ਕੋਲ ਆਉਣ ਦੀ ਰਿਪੋਰਟ ਨਹੀਂ ਕੋਈ ਗੱਲਬਾਤ ਆਈ, ਉਦੋਂ ਜੋ ਪਤਾ ਲੱਗਿਆ ਉੱਥੇ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ। ਹੁਣ ਕੀ ਕਾਰਵਾਈ ਕਰ ਰਹੇ ਸਰ? ਨਹੀਂ, ਅਸੀਂ ਦੇਖਦੇ ਹਾਂ ਜੋ ਵੀ ਸਟੇਟਮੈਂਟ ਲਗਾਉਣਗੇ ਉਹਦੇ ਮੁਤਾਬਕ ਕਾਰਵਾਈ ਕਰਦੇ ਹਾਂ। ਓਕੇ। ਉਧਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ। ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਸਿੱਧੀ ਫਲਾਈਟ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਨਾਲ ਜਿਹੜਾ ਘੰਟਿਆਂ ਦਾ ਸਫ਼ਰ ਸੀ ਹੁਣ ਉਹ ਬਹੁਤ ਘੱਟ ਚੁੱਕਿਆ। ਔਰ ਇਹ ਫਲਾਈਟ ਕਿਸ ਦਿਨ ਚੱਲੇਗੀ, ਕਿਹੜੇ ਕਿਹੜੇ ਟਾਈਮਿੰਗ ਉੱਪਰ ਚੱਲੇਗੀ, ਦੇਖਦੇ ਹਾਂ ਪੂਰੀ ਡਿਟੇਲ ਇਸ ਖਾਸ ਰਿਪੋਰਟ ਦੇ ਵਿੱਚ। ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ, ਜੋ ਕਿ ਸਿਰਫ 45 ਮਿੰਟ ਦੇ ਵਿੱਚ ਹੀ ਚੰਡੀਗੜ੍ਹ ਪਹੁੰਚਾ ਦਿਆ ਕਰੇਗੀ। ਦੱਸਦੀ ਕਿ ਰੋਜ਼ਾਨਾ ਸਫ਼ਰ ਕਰਨ ਵਾਲੇ ਅਧਿਕਾਰੀਆਂ, ਵਪਾਰੀਆਂ ਅਤੇ ਵਿਦਿਆਰਥੀਆਂ ਲਈ ਇਹ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਣਾ ਅਤੇ ਵਾਪਸ ਆਉਣਾ ਸੰਭਵ ਹੋ ਜਾਵੇਗਾ। ਦੱਸਦੀ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਕੋਈ ਫਲਾਈਟ ਨਹੀਂ ਸੀ ਅਤੇ ਹੁਣ ਵੱਡਾ ਇੰਡੀਗੋ ਦੇ ਵੱਲੋਂ ਉਪਰਾਲਾ ਕੀਤਾ ਗਿਆ।
ਸੜਕ ਤੇ ਰੇਲ ਆਵਾਜਾਈ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਹਵਾਈ ਸੰਪਰਕ ਵੀ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਨਾਲ ਜੋੜ ਦਿੱਤਾ ਗਿਆ। ਇੰਡੀਗੋ ਏਅਰਲਾਈਨ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਨ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਰਾਤ 10:30 ਇਹ ਫਲਾਈਟ ਉਡਾਨ ਭਰੇਗੀ ਜੋ ਕਿ 12:15 ਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਜਾਵੇਗੀ। ਉੱਥੇ ਅਗਲੀ ਸਵੇਰ 3:15 ਤੇ ਅੰਮ੍ਰਿਤਸਰ ਤੋਂ ਉਡਾਨ ਭਰ ਕੇ ਇਹ 4 ਚੰਡੀਗੜ੍ਹ ਪਹੁੰਚੇਗੀ ਜੋ ਕਿ 45 ਦਾ ਇਹ ਸਫ਼ਰ ਤੈਅ ਕਰਕੇ ਆਪਣੀ ਉਡਾਨ ਪੂਰੀ ਕਰੇਗੀ। ਤੁਹਾਨੂੰ ਦੱਸ ਦਈਏ ਕਿ ਰੇਲ ਗੱਡੀ ਵਿੱਚ ਚੰਡੀਗੜ੍ਹ ਪਹੁੰਚਣ ਲਈ 3.5 ਅਤੇ ਸੜਕ ਮਾਰਗ ਰਾਹੀਂ ਕਰੀਬ 4.5 ਲੱਗ ਜਾਂਦੇ ਸਨ, ਜਿਸ ਦੇ ਚਲਦੇ ਕਈ ਵਾਰੀ ਯਾਤਰੀ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਦੇ ਸੀ। ਪਰ ਹੁਣ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਕਈ ਵਿਦਿਆਰਥੀ ਅਤੇ ਵਪਾਰੀ ਨੇ ਜੋ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਰੋਜ਼ ਰਵਾਨਾ ਹੁੰਦੇ ਨੇ, ਕਈਆਂ ਨੂੰ ਐਮਰਜੈਂਸੀ ਦੇ ਲਈ ਸਫ਼ਰ ਕਰਨਾ ਪੈਂਦਾ, ਜਿਨ੍ਹਾਂ ਦੇ ਲਈ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ ਜੋ ਕਿ ਹੁਣ 45 ਦੇ ਵਿੱਚ ਹੀ ਆਪਣੀ ਦੂਰੀ ਤੈਅ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਨੇ। ਚੰਡੀਗੜ੍ਹ ਲਈ ਉਡਾਨਾਂ ਸ਼ੁਰੂ ਹੋਣ ਦੇ ਨਾਲ ਕਾਫ਼ੀ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੁੜੀਆਂ ਉਡਾਨਾਂ ਵੀ ਲਿਆਈਆਂ ਜਾ ਸਕਦੀਆਂ ਨੇ। ਪਰ ਇਸ ਸਮੇਂ ਇਹੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਕਿ ਇੰਡੀਗੋ ਦੇ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਨ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ 45 ਦੇ ਵਿੱਚ ਹੀ ਆਪਣਾ ਸਫ਼ਰ ਤੈਅ ਕਰ ਲਵੇਗੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਦਿਲਜੀਤ ਦੋਸਾਂਝ ਤੋਂ ਬਾਅਦ ਕੋਚੇਲਾ ਦੇ ਵਿੱਚ ਏਪੀ ਢਿੱਲੋਂ ਦੇ ਵੱਲੋਂ ਪਰਫੋਰਮ ਕੀਤਾ ਗਿਆ ਔਰ ਆਪਣੀ ਪਰਫੋਰਮੈਂਸ ਦੇ ਅਖੀਰ ਦੇ ਵਿੱਚ ਏਪੀ ਢਿੱਲੋਂ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਤੋਂ ਬਾਅਦ ਫੈਨਸ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਔਰ ਕਮੈਂਟ ਦੇ ਵਿੱਚ ਕਾਫੀ ਗੱਲਾਂ ਉਹਨਾਂ ਨੂੰ ਸੁਣਾ ਵੀ ਰਹੇ ਨੇ ਖਰੀਆਂ ਖਰੀਆਂ। ਕੀ ਸੀ ਪੂਰਾ ਮਾਮਲਾ, ਆਖਿਰ ਕੀ ਕੁਝ ਕੀਤਾ ਸੀ ਏਪੀ ਢਿੱਲੋਂ ਨੇ, ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਹਾਲ ਹੀ ਦੇ ਵਿੱਚ ਏਪੀ ਢਿੱਲੋਂ ਨੇ ਕੋਚੇਲਾ 'ਚ ਪਰਫੋਰਮ ਕੀਤਾ ਹੈ ਜਿਸ ਤੋਂ ਬਾਅਦ ਫੈਨਸ ਦਾ ਗੁੱਸਾ ਨਜ਼ਰ ਆ ਰਿਹਾ ਹੈ। ਜੀ ਹਾਂ, ਏਪੀ ਢਿੱਲੋਂ ਨੇ ਕੋਚੇਲਾ ਪਰਫੋਰਮੈਂਸ ਦੇ ਦੌਰਾਨ ਐਂਡਿੰਗ ਆਪਣੀ ਗਿਟਾਰ ਤੋੜ ਕੇ ਕੀਤੀ ਹੈ। ਐਂਡ ਤੇ ਏਪੀ ਢਿੱਲੋਂ ਸਟੇਜ ਤੇ ਆਪਣੀ ਗਿਟਾਰ ਵਜਾ ਰਹੇ ਨੇ, ਇਸ ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ। ਬਟ ਕਿਸੇ ਨੂੰ ਇਹ ਐਕਸਪੈਕਟਡ ਨਹੀਂ ਸੀ ਕਿ ਏਪੀ ਢਿੱਲੋਂ ਇਸੇ ਗਿਟਾਰ ਨੂੰ ਸਟੇਜ ਤੇ ਤੋੜ ਦੇਣਗੇ। ਏਪੀ ਢਿੱਲੋਂ ਆਪਣੀ ਸਟੇਜ ਤੇ ਜ਼ੋਰ ਨਾਲ ਗਿਟਾਰ ਨੂੰ ਥੱਲੇ ਪਟਕਦੇ ਨੇ, ਉਸਦੇ ਕੁਝ ਹਿੱਸੇ ਹੁੰਦੇ ਨੇ ਤੇ ਇਸੇ ਦੇ ਨਾਲ ਹੀ ਐਂਡਿੰਗ ਕਰਕੇ ਬਾਹਰ ਨਿਕਲ ਜਾਂਦੇ ਨੇ, ਜਿਸ ਨੂੰ ਦੇਖਣ ਤੋਂ ਬਾਅਦ ਫੈਨਸ ਕਾਫੀ ਨਿਰਾਸ਼ ਨੇ। ਫੈਨਸ ਦਾ ਗੁੱਸਾ ਜ਼ਾਹਿਰ ਹੈ ਔਰ ਫੈਨਸ ਦਾ ਗੁੱਸਾ ਜਿਹੜਾ ਹੈ ਉਹ ਕਮੈਂਟਸ ਰਾਹੀਂ ਨਿਕਲ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਏਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ ਔਰ ਇਸੇ ਦੇ ਥੱਲੇ ਫੈਨਸ ਨੇ ਲਿਖਿਆ,
Respect the things which brought you to this stage. It's completely your and your loss. Jis da matlab hai ki oh kehna chahnde ne unna cheezan di respect karo jehdiyan cheezan tuhanu itthe tak leke aaiyan ne. ਔਰ ਇਸੇ ਦੇ ਨਾਲ ਕਿਸੇ ਨੇ ਲਿਖਿਆ ਐਂਡ ਯੂ ਥਿੰਕ ਡੂਇੰਗ ਦਿਸ ਲੁਕਡ ਗੁੱਡ, ਕੀ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਕਰਕੇ ਬਹੁਤ ਵਧੀਆ ਲੱਗ ਰਿਹਾ? ਔਰ ਨਾਲ ਹੀ ਕਿਸੇ ਨੇ ਲਿਖਿਆ ਪੋਪ ਆਰਟਿਸਟ ਬ੍ਰੇਕ ਗਿਟਾਰਸ ਟੂ ਲੁੱਕ ਕੂਲ, ਇਟ ਆਲਵੇਜ ਹਰਟਸ ਟੂ ਸੀ ਦ ਪੂਅਰ ਇੰਸਟਰੂਮੈਂਟ ਫੇਸ ਦ ਰੈਥ ਆਫ ਦੀਸ ਵਾਨੇਬਲਸ, ਇਨ ਇੰਡੀਆ ਵੀ ਪ੍ਰੇ ਟੂ ਦ ਇੰਸਟਰੂਮੈਂਟ, ਪੂਜਾ ਕਰਤੇ ਹੈ, ਸਰਸਵਤੀ ਮਾਂ ਬਸਤੀ ਹੈ ਉਸਮੇ, ਦਿਸ ਇਜ਼ ਪਥੈਟਿਕ, ਡੂ ਬੈਟਰ ਏਪੀ। ਲੋਕਾਂ ਦਾ ਕਹਿਣਾ ਹੈ ਕਿ ਠੀਕ ਹੈ ਪੋਪ ਆਰਟਿਸਟ ਇਹ ਚੀਜ਼ਾਂ ਕਰਨ ਤਾਂ ਚੰਗੀਆਂ ਲੱਗਦੀਆਂ, ਪਰ ਇੰਡੀਆ 'ਚ ਅਸੀਂ ਇਹਨਾਂ ਇੰਸਟਰੂਮੈਂਟਸ ਦੀ ਪੂਜਾ ਕਰਦੇ ਹਾਂ, ਮਾਂ ਸਰਸਵਤੀ ਵਸਦੀ ਹੈ ਇਹਨਾਂ ਇੰਸਟਰੂਮੈਂਟਸ ਦੇ ਵਿੱਚ, ਔਰ ਇਹ ਹਰਕਤ ਕਰਨੀ ਬਹੁਤ ਹੀ ਗਲਤ ਸੀ। ਔਰ ਕੋਈ ਲਿਖਦਾ ਕਿ ਸਾਸ ਦੀ ਬੇਦਬੀ, ਔਰ ਕਿਸੇ ਨੇ ਲਿਖਿਆ ਬਾਈ ਗਿਟਾਰ ਤੋੜਨ ਨਾਲੋਂ ਵਧੀਆ ਕਿਸੇ ਨੂੰ ਗਿਫਟ ਕਰ ਦਿਆ ਕਰੋ ਜਿਹੜੇ ਵਿਚਾਰੇ ਬਾਏ ਨਹੀਂ ਕਰ ਸਕਦੇ ਮਿਊਜ਼ਿਕ ਸਿੱਖਣ ਲਈ ਜਾਂ ਸ਼ੋਜ਼ ਲਾਉਣ ਲਈ। ਅਤੇ ਕੋਈ ਲਿਖਦਾ ਅਸਲੀ ਆਰਟਿਸਟ ਉਹ ਹੈ ਜੋ ਇੰਸਟਰੂਮੈਂਟ ਕੀ ਵੀ ਇੱਜ਼ਤ ਕਰੇ। ਸੋ ਫੈਨਸ ਦਾ ਜਿਹੜਾ ਗੁੱਸਾ ਉਹ ਸਾਫ਼ ਨਜ਼ਰ ਆ ਰਿਹਾ ਏ ਪੀ ਢਿੱਲੋਂ ਦੀ ਪ੍ਰੋਫਾਈਲ 'ਤੇ। ਏ ਪੀ ਢਿੱਲੋਂ ਨੇ ਵੀਡੀਓ ਸ਼ੇਅਰ ਕੀਤੀ ਹੈ ਆਪਣੀ ਕੋਚੇਲਾ ਪਰਫੋਰਮੈਂਸ ਦੀ, ਜਿੱਥੇ ਗਿਟਾਰ ਨੂੰ ਤੋੜਿਆ ਜਾ ਰਿਹਾ ਔਰ ਇਸੇ ਦੇ ਨਾਲ ਐਂਡਿੰਗ ਕੀਤੀ ਜਾ ਰਹੀ ਹੈ। ਔਰ ਜਿਸ ਤੋਂ ਬਾਅਦ ਫੈਨਸ ਦਾ ਕਹਿਣਾ ਹੈ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਇੱਥੇ ਤੱਕ ਲੈ ਕੇ ਆਈਆਂ ਉਹਨਾਂ ਦੀ ਇੱਜ਼ਤ ਕਰਨੀ ਸਿੱਖੋ, ਔਰ ਇੰਡੀਆ ਦੇ ਵਿੱਚ ਤਾਂ ਖਾਸ ਕਰਕੇ ਇਹਨਾਂ ਇੰਸਟਰੂਮੈਂਟਸ ਨੂੰ ਪੂਜਿਆ ਜਾਂਦਾ ਹੈ ਜਿਸ ਦੀ ਤੁਸੀਂ ਸਟੇਜ 'ਤੇ ਬੇਦਬੀ ਕਰ ਰਹੇ ਹੋ। ਸੋ ਏ ਪੀ ਢਿੱਲੋਂ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ, ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।